ਲੁਧਿਆਣਾ ਦੇ ਸ਼ਕਤੀ ਗਲੀ ਨੰਬਰ 1 ਦੇ ਵਿੱਚ ਉਸ ਸਮੇਂ ਅਫੜਾ ਦਫੜੀ ਮੱਚ ਗਈ ਜਦੋਂ ਕੱਪੜੇ ਦੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਦੇ ਵਿੱਚ ਫੈਕਟਰੀ ਦੇ ਅੰਦਰ ਪਿਆ ਕੱਪੜਾ ਸੜ ਕੇ ਸਵਾਹ ਹੋ ਚੁੱਕਿਆ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਕਰਮਚਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ। ਭਾਜੀ ਕੀ ਮਾਮਲਾ ਹੋਇਆ, ਕਿਸ ਤਰ੍ਹਾਂ ਲੱਗੀ ਅੱਗ? ਭਾਜੀ ਕਿੱਥੋਂ ਲੱਗੀ? ਭਾਜੀ ਸਵੇਰੇ ਫੋਨ ਆਇਆ 6:15 ਦੇ ਕਰੀਬ ਮੈਨੂੰ, ਅਤੇ ਜਿਹਦੇ 'ਚ ਉਹਨਾਂ ਨੇ ਗੁਆਂਢੀਆਂ ਨੂੰ ਫੋਨ ਕੀਤਾ ਵੀ ਸਾਡੇ ਫੈਕਟਰੀ ਦਾ ਫਾਇਰ ਹੋ ਗਈ ਹੈ, ਅੱਗ ਲੱਗ ਗਈ ਹੈ। ਅਤੇ ਉਸੇ ਟਾਈਮ ਮੈਂ ਇੱਥੇ ਆਇਆ 6:15 ਦੇ ਕਰੀਬ, ਠੀਕ ਹੈ ਨਾ, ਅਤੇ ਉਸ ਤੋਂ ਬਾਅਦ ਫਾਇਰ ਗੇਟ ਆਈ ਹੈ 15 ਮਿੰਟ ਬਾਅਦ ਮੇਰੇ ਤੋਂ। ਕੀ ਨਾਮ ਹੈ ਭਾਜੀ ਫੈਕਟਰੀ ਦਾ, ਤੁਹਾਡਾ ਕੀ ਨਾਮ? ਮੇਰਾ ਨਾਮ ਨਿਤਿਨ ਜੌਲੀ ਹੈ, ਫੈਕਟਰੀ ਦਾ ਨਾਮ ਜੌਲੀ ਕ੍ਰੀਏਸ਼ਨ ਹੈ। ਅਤੇ ਕਿੰਨੇ ਕੁ ਵਜੇ ਭਾਜੀ ਅੱਗ ਲੱਗੀ ਸੀਗੀ, ਇਹ ਪਤਾ ਲੱਗਿਆ ਹੋਵੇ ਕੁਛ? ਜੋ ਆਪਣੇ ਗੁਆਂਢੀ ਕਰੇ 5:30 ਦੇ ਕਰੀਬ, 5:30 ਹੋਊਗੇ, ਮਤਲਬ ਇਹਦੇ ਕਰੀਬ ਦੇ ਵਿੱਚ ਇਹਨਾਂ ਨੇ ਧੂੰਆਂ ਦੇਖਿਆ। ਅਤੇ ਫਾਇਰ ਬ੍ਰਿਗੇਡ ਕਿੰਨੀ ਦੇਰ ਦੇ ਵਿੱਚ ਆ ਗਈ ਸੀ ਭਾਜੀ? ਫਾਇਰ ਬ੍ਰਿਗੇਡ 6:30 ਦੇ ਕਰੀਬ ਆਈ ਹੈ। 6:30 ਦੇ ਵਿੱਚ ਕਿੰਨਾ ਕੁ ਭਾਜੀ ਕੋਈ ਜਾਨੀ ਮਾਲ ਨੁਕਸਾਨ? ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਅੰਦਰ ਕੋਈ ਬੰਦਾ ਰਹਿੰਦਾ ਨਹੀਂ ਸੀ। ਅੱਛਾ ਜੀ। ਲੇਕਿਨ ਮਾਲੀ ਨੁਕਸਾਨ ਕਾਫੀ ਹੈ, ਠੀਕ ਹੈ ਨਾ, ਬਿਲਡਿੰਗ ਖਤਮ ਹੋ ਗਈ ਹੈ ਪੂਰੀ, ਅਤੇ ਬਾਕੀ ਸਾਰਾ ਜੋ ਹੈਗਾ ਤੁਹਾਡੇ ਸਾਹਮਣੇ ਹੀ ਹੈ। ਲੁਧਿਆਣਾ ਦੇ ਸ਼ਕਤੀ ਗਲੀ ਨੰਬਰ 1 ਦੇ ਵਿੱਚ ਉਸ ਸਮੇਂ ਅਫੜਾ ਦਫੜੀ ਮੱਚ ਗਈ ਜਦੋਂ ਕੱਪੜੇ ਦੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਮਿੰਟਾਂ ਦੇ ਵਿੱਚ ਫੈਕਟਰੀ ਦੇ ਅੰਦਰ ਪਿਆ ਕੱਪੜਾ ਸੜ ਕੇ ਸਵਾਹ ਹੋ ਚੁੱਕਿਆ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਮੌਕੇ ਤੇ ਕਰਮਚਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ। ਭਾਜੀ ਕੀ ਮਾਮਲਾ ਹੋਇਆ, ਕਿਸ ਤਰ੍ਹਾਂ ਲੱਗੀ ਅੱਗ? ਭਾਜੀ ਕਿੱਥੋਂ ਲੱਗੀ? ਭਾਜੀ ਸਵੇਰੇ ਫੋਨ ਆਇਆ 6:15 ਦੇ ਕਰੀਬ ਮੈਨੂੰ, ਅਤੇ ਜਿਹਦੇ 'ਚ ਉਹਨਾਂ ਨੇ ਗੁਆਂਢੀਆਂ ਨੂੰ ਫੋਨ ਕੀਤਾ ਵੀ ਸਾਡੇ ਫੈਕਟਰੀ ਦਾ ਫਾਇਰ ਹੋ ਗਈ ਹੈ, ਅੱਗ ਲੱਗ ਗਈ ਹੈ। ਅਤੇ ਉਸੇ ਟਾਈਮ ਮੈਂ ਇੱਥੇ ਆਇਆ 6:30 ਦੇ ਕਰੀਬ, ਠੀਕ ਹੈ ਨਾ, ਅਤੇ ਉਸ ਤੋਂ ਬਾਅਦ ਫਾਇਰ ਗੇਟ ਆਈ ਹੈ 15 ਮਿੰਟ ਬਾਅਦ ਮੇਰੇ ਤੋਂ। ਕੀ ਨਾਮ ਹੈ ਭਾਜੀ ਫੈਕਟਰੀ ਦਾ, ਤੁਹਾਡਾ ਕੀ ਨਾਮ? ਮੇਰਾ ਨਾਮ ਨਿਤਿਨ ਜੌਲੀ ਹੈ, ਫੈਕਟਰੀ ਦਾ ਨਾਮ ਜੌਲੀ ਕ੍ਰੀਏਸ਼ਨ ਹੈ। ਅਤੇ ਕਿੰਨੇ ਕੁ ਵਜੇ ਭਾਜੀ ਅੱਗ ਲੱਗੀ ਸੀਗੀ, ਇਹ ਪਤਾ ਲੱਗਿਆ ਹੋਵੇ ਕੁਛ? ਜੋ ਆਪਣੇ ਗੁਆਂਢੀ ਕਰੇ 5:30 ਦੇ ਕਰੀਬ, 5:30 ਹੋਊਗੇ, ਮਤਲਬ ਇਹਦੇ ਕਰੀਬ ਦੇ ਵਿੱਚ ਇਹਨਾਂ ਨੇ ਧੂੰਆਂ ਦੇਖਿਆ। ਅਤੇ ਫਾਇਰ ਬ੍ਰਿਗੇਡ ਕਿੰਨੀ ਦੇਰ ਦੇ ਵਿੱਚ ਆ ਗਈ ਸੀ ਭਾਜੀ? ਫਾਇਰ ਗੇਟ 6:30 ਦੇ ਕਰੀਬ ਆਈ ਹੈ। 6:30 ਦੇ ਵਿੱਚ ਕਿੰਨਾ ਕੁ ਭਾਜੀ ਕੋਈ ਜਾਨੀ ਮਾਲ ਨੁਕਸਾਨ? ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ, ਕਿਉਂਕਿ ਅੰਦਰ ਕੋਈ ਬੰਦਾ ਰਹਿੰਦਾ ਨਹੀਂ ਸੀ। ਅੱਛਾ ਜੀ। ਲੇਕਿਨ ਮਾਲੀ ਨੁਕਸਾਨ ਕਾਫੀ ਹੈ, ਠੀਕ ਹੈ ਨਾ, ਬਿਲਡਿੰਗ ਖਤਮ ਹੋ ਗਈ ਹੈ ਪੂਰੀ, ਅਤੇ ਬਾਕੀ ਸਾਰਾ ਜੋ ਹੈਗਾ ਤੁਹਾਡੇ ਸਾਹਮਣੇ ਹੀ ਹੈ।